ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਚਿੰਤਨ ਤੇ ਵਿਚਾਰ ਕਰਦੇ ਆ ਅਸੀਂ ਇਹ ਦੇਖਦੇ ਆ ਕਿ ਵਾਤਾਵਰਣ ਸੰਬੰਧੀ ਗੁਰਬਾਣੀ ਵਿੱਚ ਬਹੁਤ ਹੀ ਉਸਾਰੂ ਵਿਚਾਰਾਂ ਨੂੰ ਪ੍ਰਗਟ ਕੀਤਾ ਗਿਆ ਬਹੁਤ ਸਾਰੇ ਲੋਕ ਅੱਜ ਦੇ ਯੁੱਗ ਵਿੱਚ ਇਹ ਮਹਿਸੂਸ ਕਰਦੇ ਨੇ ਕਿ এনवायरमेंट ਦੇ ਸੰਬੰਧ ਵਿੱਚ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਉਸ ਦਾ ਇਕਵਿਲੀਬ੍ਰੀਅਮ ਖਰਾਬ ਹੋ ਚੁੱਕਾ ਹੈ ਅੱਜ ਜਦੋਂ ਗੱਡੀ ਲੀਹੋਂ ਲੱਜ ਚੁੱਕੀ ਹੈ ਅਸੀਂ ਇਹ ਸੋਚਣ ਤੇ ਮਜਬੂਰ ਹੋਏ ਹਾਂ ਇੱਕ ਵੱਡਾ ਸਵਾਲ ਬਣ ਗਿਆ ਹੈ ਕਿ ਮਨੁੱਖ ਨੇ ਇਸ ਇੰਬੈਲੈਂਸ ਇਸ ਸੰਤੁਲ ਅਸੰਤੁਲਨ ਦੇ ਵਿੱਚ ਜੋ ਧਰਤੀ ਹਵਾ ਪਾਣੀ ਤੇ ਹੋਰ ਸਾਰੀਆਂ ਸੂਰਜੀ ਸ਼ਕਤੀ ਇਹਨਾਂ ਸਾਰੀਆਂ ਸ਼ਕਤੀਆਂ ਦੇ ਵਿੱਚ ਜੋ ਤਾਲਮੇਲ ਹੈ ਉਹ ਘਟਣ ਕਰਕੇ ਗਲੋਬਲ ਵਾਰਮਿੰਗ ਵਰਗੀਆਂ ਸਥਿਤੀਆਂ ਸ਼ੁਰੂ ਹੋ ਚੁੱਕੀਆਂ ਮਨੁੱਖ ਨੇ ਆਪਣੀ ਮਨਮਤ ਨਾਲ ਸੰਸਾਰ ਭਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਾਤਾਵਰਨ ਨੂੰ ਗੰਦਲਾ ਕਰਨ ਲਈ ਪਲੀਟ ਕਰਨ ਲਈ ਬਹੁਤ ਕੁਝ ਯਤਨ ਕੀਤੇ ਨੇ ਗੁਰੂ ਨਾਨਕ ਸਾਹਿਬ ਨੇ ਬਹੁਤ ਸਮਾਂ ਪਹਿਲਾਂ ਅੱਜ ਤੋਂ 500 ਸਾਲ ਤੋਂ ਵੀ ਵੱਧ ਪਹਿਲਾਂ ਇਸ ਸੰਬੰਧੀ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਨਜ਼ਰ ਆਉਂਦਾ ਹੋਵੇਗਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਤੇ ਉਹਨਾਂ ਨੇ ਧਰਤੀ ਪਾਉਣ ਪਾਣੀ ਦਿਨ ਰਾਤ ਰੁੱਤਾਂ ਦੇ ਤਬਦੀਲ ਹੋਣ ਦਾ ਜੋ سلسلہ ਹੈ ਉਸ ਨੂੰ ਮਨੁੱਖੀ ਮਨ ਦੀ ਸੰਤੁਸ਼ਟੀ ਨਾਲ ਵੀ ਜੋੜਿਆ ਉਹਦੇ ਨਾਲ ਨਾਲ ਮਨੁੱਖੀ ਲੋੜਾਂ ਦੇ ਪੱਖ ਤੋਂ ਵੀ ਇਸ ਨੂੰ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਸਾਇੰਸ ਦੇ ਆਧਾਰ ਉੱਤੇ ਬਹੁਤ ਸਮਾਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਬਾਰੇ ਜਾਂ ਇਸ ਤਰ੍ਹਾਂ ਦੀ ਮਹੱਤਤਾ ਬਾਰੇ ਇਸ ਤਰ੍ਹਾਂ ਦੀ ਸਾਰਥਕਤਾ ਬਾਰੇ ਬੜੀ ਦੇਰ ਬਾਅਦ ਸੁਚੇਤ ਹੋਏ ਤਾਂ ਜਦੋਂ ਗੁਰੂ ਨਾਨਕ ਸਾਹਿਬ ਨੇ ਬਾਰਾਮਾ ਰਾਗ ਤੁਖਾਰੀ ਰਚਿਆ ਉਸ ਵੇਲੇ ਉਹ ਵਖ ਵਖ ਮਹੀਨਿਆਂ ਦੇ ਸੰਬੰਧ ਵਿੱਚ ਜਦੋਂ ਜ਼ਿਕਰ ਕਰਦੇ ਨੇ ਉਹਨਾਂ ਦੀਆਂ ਰੁੱਤਾਂ ਦਾ ਮਨੁੱਖ ਦੇ ਮਨ ਨਾਲ ਸੰਬੰਧ ਜੋੜ ਕੇ ਵੇਖਦੇ ਨੇ ਇਹ ਗੱਲ ਕੋਈ ਨਿਰੀ ਸੰਬਾਲਕ ਨਹੀਂ ਅਸਲ ਵਿੱਚ ਇਸ ਆਧਾਰ ਉੱਤੇ ਕਿਹਾ ਜਾ ਸਕਦਾ ਹੈ ਕਿ ਮਨੁੱਖੀ ਮਨ ਦਾ ਮਨੁੱਖੀ ਸਿਹਤ ਦਾ ਮਨੁੱਖ ਦੀ ਰਹਿਣੀ ਬਹਿਣੀ ਦਾ ਮਨੁੱਖ ਦੇ ਜੀਵਨ ਜੀਉਣ ਦਾ ਸੰਬੰਧ ਜੋ ਹੈ ਉਹ ਕੁੱਲ ਕੁਦਰਤੀ ਸ਼ਕਤੀਆਂ ਦੇ ਨਾਲ ਕੁੱਲ ਵਾਤਾਵਰਨ ਦੇ ਨਾਲ ਕੁੱਲ এনवायरमेंट ਦੇ ਨਾਲ ਜੁੜਿਆ ਹੋਇਆ ਹੈ ਗੁਰੂ ਨਾਨਕ ਸਾਹਿਬ ਸਾਨੂੰ ਸੁਚੇਤ ਕਰਦੇ ਨੇ ਕਿ ਜੋ ਪੌਣ ਹੈ ਉਹ ਪਾਣੀ ਹੈ ਧਰਤੀ ਹੈ ਇਹ ਸਾਰੀਆਂ ਸ਼ਕਤੀਆਂ ਮਨੁੱਖ ਲਈ ਤੁਰੇ ਦਾ ਕੰਮ ਕਰਦੀਆਂ ਨੇ ਜਦੋਂ ਇਹ ਕਹਿੰਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤੁ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਤਾਂ ਨਿਸ਼ਚਿਤ ਤੌਰ ਤੇ ਸਾਨੂੰ ਇਹ ਪ੍ਰਤੱਖ ਹੁੰਦਾ ਹੈ ਕਿ ਉਹਨਾਂ ਦੇ ਸਾਹਮਣੇ ਆਉਣ ਵਾਲੇ ਸਮੇਂ ਵਿੱਚ ਜੇ ਅਸੀਂ ਨਾ ਚੇਤਨ ਰਹੇ ਤਾਂ ਇਹ ਬੈਲੈਂਸ ਟੁੱਟ ਸਕਦਾ ਹੈ ਇਸ ਤਰ੍ਹਾਂ ਦੀ ਮਹੱਤਤਾ ਇਸ ਤਰ੍ਹਾਂ ਦੀ ਜੋ ਇੰਪੋਰਟੈਂਸ ਹੈ ਵਕ ਵਕ ਵਾਤਾਵਰਣ ਦੀ ਸ਼ਕਤੀਆਂ ਦੀ ਉਹ ਜੇ ਵਿਗੜ ਜਾਵੇ ਤਾਂ ਮਨੁੱਖ ਲਈ ਘਾਤਕ ਹੋ ਸਕਦਾ ਹੈ ਅੱਜ ਅਸੀਂ ਵੇਖਦੇ ਹਾਂ ਕਿ ਸਾਰੇ ਸੰਸਾਰ ਦੇ ਉੱਤੇ ਹਵਾ ਵੀ ਗੰਦਲੀ ਹੋ ਚੁੱਕੀ ਹੈ ਪਾਣੀ ਵੀ ਪ੍ਰਲਿਤ ਹੋ ਚੁੱਕਾ ਹੈ ਇਥੋਂ ਤੱਕ ਕਿ ਦੁਨੀਆ ਭਰ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਪੀਣ ਵਾਲੇ ਪਾਣੀ ਦੀ ਘਾਟ ਪੈਦਾ ਹੋ ਗਈ ਹੈ ਬੋਤਲਾਂ ਤੋਂ ਬਿਨਾ ਪਾਣੀ ਪੀਣਾ ਖਤਰਨਾਕ ਸਮਝਿਆ ਜਾਣ ਲੱਗ ਪਿਆ ਹੈ ਧਰਤੀ ਹੇਠਲਾ ਪਾਣੀ ਜੋ ਕਿਸੇ ਸਮੇਂ ਬੜਾ ਸਾਫ਼ ਸੁਥਰਾ ਸਮਝਿਆ ਜਾਂਦਾ ਸੀ ਜਿਹਨੂੰ ਕੁਦਰਤੀ ਤੌਰ ਤੇ ਧਰਤੀ ਦੀਆਂ ਤਿਆਂ ਦੇ ਵਿੱਚੋਂ ਗੁਜ਼ਰਦਿਆਂ ਹੋਇਆ ਪਵਿੱਤਰ ਰੂਪ ਮਿਲਦਾ ਸੀ ਉਹ ਅੱਜਕੱਲ ਉਹ ਪਲੀਥ ਹੋ ਚੁੱਕਿਆ ਖਾਸ ਤੌਰ ਤੇ ਭਾਰਤ ਦੇ ਵਿੱਚ ਔਰ ਭਾਰਤ ਵਿੱਚੋਂ ਵੀ ਪੰਜਾਬ ਦੇ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿਵੇਂ ਦਰਿਆਵਾਂ ਨਦੀਆਂ ਤੇ ਵਗਦੇ ਪਾਣੀਆਂ ਦੇ ਵਿੱਚ ਗਰੀਜ਼ ਪਾਣੀ ਪਾ ਕੇ ਉਹਨਾਂ ਦਾ ਨਾਸ਼ ਮਾਰਿਆ ਜਾ ਚੁੱਕਾ ਹੈ ਮਨੁੱਖ ਨੇ ਬਹੁਤ ਸਾਰੇ ਸਾਧਨਾਂ ਦੇ ਨਾਲ ਹਵਾ ਨੂੰ ਵੀ ਗੰਦਿਆ ਕੀਤਾ ਹੈ ਔਰ ਦੁਨੀਆ ਭਰ ਚੋਂ ਕਈ ਦੇਸ਼ਾਂ ਦੇ ਵਿੱਚ ਇੱਥੋਂ ਤੱਕ ਹੈ ਕਿ ਆਕਸੀਜਨ ਦੀ ਜੋ ਮਿਕਦਾਰ ਚਾਹੀਦੀ ਹੈ ਉਹ ਪ੍ਰਾਪਤ ਨਹੀਂ ਹੋ ਰਹੀ ਗੁਰੂ ਸਾਹਿਬ ਨੇ ਸਾਨੂੰ ਚੇਤਨ ਕੀਤਾ ਸੀ ਕਿ ਇਹਨਾਂ ਕੁਦਰਤੀ ਸ਼ਕਤੀਆਂ ਬਾਰੇ ਜਿਹੜੀਆਂ ਸਾਨੂੰ ਜੀਵਨਦਾਨ ਦਿੰਦੀਆਂ ਨੇ ਜਿਹੜੀਆਂ ਸਾਨੂੰ ਸ਼ਕਤੀ ਪ੍ਰਦਾਨ ਕਰਦੀਆਂ ਨੇ ਜਿਹੜੀਆਂ ਸਾਨੂੰ ਜੀਵਨਯੋਗਾ ਕਰਦੀਆਂ ਨੇ ਜਿਨ੍ਹਾਂ ਦੇ ਕੋਲੋਂ ਅਸੀਂ ਸਾ ਲੈਣ ਲਈ ਔਰ ਸਾਰੀ ਜਿਹੜੀ ਸਰੀਰਕ ਲੋਡ ਦੇ ਮੁਤਾਬਕ ਹਾਈਡਰੇਸ਼ਨ ਲੈਣ ਲਈ ਔਰ ਇਹਦੇ ਨਾਲ ਨਾਲ ਧਰਤੀ ਮਾਂ ਦੇ ਕੋਲੋਂ ਖਾਣ ਪੀਣ ਲਈ ਸਾਰੀਆਂ ਵਸਤਾਂ ਪ੍ਰਾਪਤ ਕਰਦੇ ਆ ਉਹਨਾਂ ਨੂੰ ਅਸੀਂ ਆਪ ਹੀ ਗਲੀਜ਼ ਕਰ ਦਿੱਤਾ ਹੈ ਗੰਧਿਆ ਕਰ ਦਿੱਤਾ ਹੈ ਉਹਨਾਂ ਦੇ ਵਿੱਚ ਬਹੁਤ ਸਾਰੇ ਇਸ ਕਿਸਮ ਦੇ ਤੱਤ ਅਸੀਂ ਮਿਲਾ ਦਿੱਤੇ ਆ ਜਿਨ੍ਹਾਂ ਦੇ ਕਾਰਨ ਅਸੀਂ ਕਿਸੇ ਵੀ ਤਰ੍ਹਾਂ ਸੁਖ ਨਾਲ ਨਹੀਂ ਜੀਉ ਸਕਦੇ ਬਿਮਾਰੀਆਂ ਦੀ ਭਾਰ ਹੈ ਕੈਂਸਰ ਵਰਗੇ ਮਾਰੂ ਰੋਗ ਇਹਨਾਂ ਕਾਰਨਾ ਕਰਕੇ ਫੈਲ ਰਹੇ ਐ ਔਰ ਮਹਾਮਾਰੀਆਂ ਦੁਨੀਆ ਦੇ ਵਿੱਚ ਮਨੁੱਖ ਨੂੰ ਤਬਾਹ ਕਰਨ ਵਾਲੇ ਪਾਸੇ ਨੂੰ ਤੁਰੀਆਂ ਹੋਈਆਂ ਮਨੁੱਖ ਨੇ ਗੁਰੂ ਸਾਹਿਬਾਨ ਵਰਗੇ ਚਿੰਤਕਾਂ ਦੀ ਬਾਣੀ ਤੋਂ ਪ੍ਰੇਰਣਾ ਲੈਣ ਦੇ ਥਾ ਜਦੋਂ ਵੇਪਰਵਾਹੀ ਕੀਤੀ ਐ ਤਾਂ ਵੇਖ ਸਕਦੇ ਆ ਕਿ ਨਤੀਜੇ ਬੜੇ ਘਾਤਕ ਨਿਕਲਣ ਵਾਲੇ ਨੇ ਅਸੀਂ ਜੇ ਆਕਸੀਜਨ ਦੀ ਗੱਲ ਕਰੀਏ ਤਾਂ ਆਕਸੀਜਨ ਸਾਨੂੰ ਰੁੱਖਾਂ ਤੋਂ ਮਿਲਦੀ ਹੈ ਅਸੀਂ ਧਰਤੀ ਮਾਂ ਦੀ ਬੁੱਕਲ ਨੂੰ ਉਸ ਦੀ ਗੋਦ ਨੂੰ ਰੁੱਖਾਂ ਤੋਂ ਖਾਲੀ ਕਰ ਦਿੱਤਾ ਰੁੱਖ ਧਰਤੀ ਪੁੱਤਰ ਨੇ ਔਰ ਰੁੱਖ ਲਗਾਤਾਰ ਲੰਗਰ ਨੇ ਸਦੀਵੀ ਲੰਗਰ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਉਹਨਾਂ ਤੋਂ ਜੀਵ ਜੰਤੂ ਪੰਛੀ ਔਰ ਬਹੁਤ ਸਾਰੇ ਕੀੜੇ ਮਕੌੜੇ ਵੀ ਜ਼ਿੰਦਗੀ ਪ੍ਰਾਪਤ ਕਰਦੇ ਨੇ ਆਪਣੀਆਂ ਲੋੜਾਂ ਪੂਰੀਆਂ ਕਰਦੇ ਨੇ